ਲੇ ਲੇ ਕਿਵੇਂ ਬੋਲਦਾ ਮੇਰੇ ਭਾਈ ਨੂੰ ਜੇ ਮੇਰਾ ਭਾਈ ਉਰੇ 4 ਦਿਨ ਰਹਿਣ ਆ ਗਿਆ ਤਾਂ ਤੂੰ ਉਹਨੇ ਐ ਬੇਇੱਜ਼ਤੀ ਕਰੇਗਾ ਸਾਰੀ ਦੁਨੀਆ ਚਾਰੀ ਹੋਈ ਐ ਮੇਰੇ ਭਾਈ ਨੇ ਤੂੰ ਕਿਤੇ ਕੰਮ ਨਾ ਖਰਾਬ ਕਰਦੀ ਤੈਨੂੰ ਮੈਂ ਦੱਸਾਂ ਗੱਲ ਮੈਂ ਨਹੀਂ ਫालतੂ ਬੋਲਦੀ ਮੈਂ ਤਾਂ ਉਨਾਂ ਕ ਬੋਲੂ ਜਿੰਨਾ ਕ ਤੂੰ ਮੈਨੂੰ ਸਿਖਾਇਆ ਆ ਚੱਲ ਲਾ ਤੜਕੇ ਦਾ ਯਾਰ ਜਵਾਖ ਜਾਂ ਵੀ ਲੰਘਿਆ ਕਦੋਂ ਦਾ ਐਂ ਕਿ ਨੇਰੇ ਦਾ ਗਿਆ ਹੋਇਆ ਹੋ ਇੱਕਾ ਮੀ ਕੁੜੀਆਂ ਨੇ ਕੰਮ ਖਰਾਬ ਕਰਕੇ ਹੁਣ ਉਹ ਪਾ ਲਈ ਹੈ ਤੂੰ ਤੂੰ ਆਪ ਵੀ ਸਿਆਣਾ ਖਰਾ ਹਾਂ ਜਵਾਖਾਂ ਦੀ ਤੂੰ ਗੌਰ ਰੱਖਿਆ ਕਰ ਨਹੀਂ ਗੌਰ ਚ ਨੇ ਆਪਣੇ ਜਵਾਖ ਦਾ ਨੇ ਪਤਾ ਨਹੀਂ ਹੈਗਾ ਤੈਨੂੰ ਜਵਾਨਾ ਬਹੁਤ ਮਾੜਾ ਹੈ। ਨੇ ਜਵਾਨਾ ਮੈਂ ਸਮਝਦਾ ਹਾਂ ਗੱਲ ਵੀ ਜਵਾਨਾ ਮਾੜਾ ਪਰ ਆਪਣੇ ਜਿਵਾਕ ਤਾਂ ਜਿਆਰਾ ਜਿੱਦੀ ਤਰੀਕ ਦੇਖ ਬਿਲਕੁਲ ਠੀਕ ਨੇ। ਖੇਤੋਂ ਕਰੇ ਕਰੋ ਖੇਤ। ਪਤਾ ਕੀ ਗੱਲ ਹੈ? ਹਾਂ। ਮਾਪੇ ਪਾਪਾ ਨੂੰ ਨਹੀਂ ਦੇਖ ਪਤਾ ਹੁੰਦਾ ਇਹਨਾਂ ਗੱਲਾਂ ਦਾ। ਜਵਾਨਾ ਬਾਹਰ ਕੀ ਕਰ ਰਹੇ ਨੇ ਉਹ ਦੁਨੀਆ ਨੂੰ ਪਤਾ ਹੁੰਦਾ। ਨਹੀਂ ਇਹ ਤਾਂ ਖਰ ਗੱਲ ਸਿਆਣੀ ਐ। ਐ ਤਾਂ ਮੈਨੂੰ ਪਤਾ ਚੱਲਿਆ ਤੂੰ ਬਾਹਰ ਅੰਦਰ ਫਿਰਦਾ ਰਹਿੰਦਾ ਤੈਨੂੰ ਕੋਈ ਗੱਲਾਂ ਦਾ ਬਾਹਰ ਪਤਾ ਹੀ ਲੱਗਦਾ ਤਾਂ ਹੀ ਤੂੰ ਕਹਿਣਾ ਹੈ। ਹੈਂ? ਤੂੰ ਤੂੰ ਪੋੜਾ ਬੰਦਾ ਐ। ਉਹ ਨਹੀਂ। ਆਪਣੇ ਤਾਂ ਠੀਕ ਨੇ। ਬਾਪੂ ਐ ਲੈ ਚਾ ਲੈ ਆਤੀ ਐ ਮਮਾ ਤੇਰੇ ਲਈ ਲਿਆਵਾਂ ਉਹ ਨਹੀਂ ਨਹੀਂ ਬੇਟਾ ਮੈਂ ਨਹੀਂ ਚਾ ਪੀਂਦਾ ਹੈਗਾ ਠੀਕ ਐ ਬਾਪੂ ਐ ਮੈਂ ਪੁੱਛਦੀ ਸੀ ਰਾਤ ਨੂੰ ਸਬਜ਼ੀ ਚ ਕੀ ਬਣਾਉਣਾ ਪੁੱਤ ਜੋ ਤੁਹਾਨੂੰ ਠੀਕ ਲੱਗਦਾ ਬਣਾ ਲਓ ਪੁੱਤ ਨਹੀਂ ਨਹੀਂ ਤੁਹਾਨੂੰ ਜੋ ਪਸੰਦ ਆ ਤੁਸੀਂ ਉਹ ਦੱਸੋ ਮੈਂ ਤਾਂ ਉਹੀ ਬਣਾ ਲੂ ਮੇਰੀ ਪਸੰਦ ਦਾ ਹੁਣ ਕੀ ਕਰਾਂ ਜੇ ਮੈਂ ਬੁढ़ा ਬੰਦਾ ਤੁਸੀਂ ਦੇਖ ਲਓ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਉਹੀ ਪਈ ਮੈਂ ਖਾ ਲੂਗਾ ਤੁਹਾਡੇ ਨਾਲ ਹੀ ਮੇਰੀ ਰਾਇ ਐ ਓਹੋ ਬਾਪੂ ਜੀ ਤੁਸੀਂ ਇਸ ਕਰਦੇ ਵੱਡੇ ਹੋ ਤੇ ਤੁਸੀਂ ਜੋ ਕਹੋਗੇ ਅਸੀਂ ਤਾਂ ਉਹੀ ਕਰਾਂਗੇ ਅਸੀਂ ਤਾਂ ਸਭ ਖਾ ਹੀ ਲੈਣਾ ਚਲੋ ਫਿਰ ਦੀ ਐ ਕਰੋ ਮੈਂ ਤਾਂ ਫਿਰ ਗੋਭੀ ਖਾਣਾ ਖੁਸ਼ ਹੋ ਕੇ ਭਾਈ ਉਹ ਬਣਾ ਲੋ ਠੀਕ ਹੈ ਹਏ ਔਰ ਵੈਸੇ ਵੀ ਤੁਸੀਂ ਤਾਂ ਸਾਡਾ ਸਾਰਾ ਕੁਛ ਹੋ ਤੇ ਅਸੀਂ ਤੁਹਾਨੂੰ ਕਿਵੇਂ ਨਾ ਪੁੱਛੀਏ ਉਹ ਭਾਈ ਵੇਖ ਤੁਸੀਂ ਮੇਰਾ ਜੇ ਸਾਰਾ ਕੁਛ ਹੋ ਤੁਸੀਂ ਸਾਮ ਸੰਭਈਆ ਵੀ ਤੁਸੀਂ ਇਹ ਕਰਦੇ ਹੋ ਤੁਸੀਂ ਭਾਈ ਬਹੁਤ ਮੇਰਦਾ ਭਾਈ ਸੇਵਾ ਕਰਦੇ ਹੋ ਠੀਕ ਹੈ ਦੋਨੇ ਜੀ ਮੇਰਾ ਵਧੀਆ ਸੇਵਾ ਕਰਦੇ ਹੋ ਭਾਈ ਤੁਸੀਂ ਆਹੋ ਭਾਈ ਬਾਪੂ ਹੀ ਆ ਸਭ ਕੁਛ ਬੇਬੇ ਥੋੜੀ ਆ ਕੁਛ ਓਹੋ ਬੇਬੇ ਤੂੰ ਐਵੇਂਗਾ ਤਾਂ ਬੋਲਦੀ ਆ ਤੁਸੀਂ ਦੋਨੋਂ ਸਾਡੇ ਸਭ ਕੁਝ ਹੋ। ਅੱਛਾ ਠੀਕ ਹੈ ਠੀਕ ਹੈ। ਚਾਹ ਲਿਆ ਮੇਰੇ ਲਈ। ਚੰਗਾ ਐ ਕਰ। ਤੁਸੀਂ ਕਰੋ ਗੱਲਾਂ-ਬਾਤਾਂ ਮੈਂ ਆਰਾਮ ਕਰਦਾ ਹੈ। ਕੋਈ ਨਹੀਂ ਕਰ ਲਾ ਕਰ ਲਾ। ਕਰ ਲਾ ਰਾਮ। ਬੇਬੇ ਉਹ ਚਾਹ ਤਾਂ ਹੁਣ ਹੈ ਨਹੀਂ ਮੈਂ ਤਾਂ ਕੱਲੇ ਸਿਰਫ ਬਾਪੂ ਲਈ ਬਣਾਈ ਸੀ ਉਹ ਵੀ ਸੌਂਫ ਵਾਲੀ। ਮੈਨੂੰ ਪਤਾ ਤੁਸੀਂ ਪੀਂਦੇ ਨਹੀਂ ਸੌਂਫ ਵਾਲੀ ਤੇ ਫਿਰ ਮੈਂ ਬਣਾਈ ਨਹੀਂ ਤੁਹਾਡੇ ਲਈ। ਪਰ ਕੋਈ ਨਾ ਜੇ ਤੁਸੀਂ ਕਹਿੰਦੇ ਮੈਂ ਹੁਣੇ ਬਣਾ ਕੇ ਲਿਆਉਣੀ ਆ। ਅੱਛਾ ਇੱਕੋ ਹੀ ਕੱਪ ਬਣਾਇਆ ਸੀ। ਨਾ ਰਹਿਣ ਦੇ ਮੈਂ ਤਾਂ ਲੱਸੀ ਪੀ ਲਵਾਂਗੀ। ਔਰ ਤੂੰ ਵੀ ਲਾ ਕੇ ਖਾ ਲਿਆ ਕਰ ਕਿਸੇ ਨਾਲ ਕਿਉਂ ਜਵਾਖਾ ਨੂੰ 24 ਘੰਟੇ ਬੜ 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 ਮੈਂ ਮੇਰੀ ਗੱਲ ਸੁਣ ਹਾਂ ਤੂੰ ਇਕੱਲਾ ਹੀ ਇਕੱਲਾ ਸੇਵਾ ਕਰਾਈ ਜਾਇਆ ਕਰ ਉਹ ਕੋਲੋਂ ਉਹ ਤੇਰੀ ਵੀ ਤਾਂ ਬਰਾਬਰੀ ਕਰਦੇ ਨੇ ਤੈਨੂੰ ਦੱਸ ਕੀ ਨਹੀਂ ਮਿਲਦਾ ਮੈਨੂੰ ਐਂ ਦੱਸ ਤੈਨੂੰ ਮਿਲਦਾ ਕੀ ਨਹੀਂ ਹੋਰ ਕਰਦੇ ਨੇ ਸੇਵਾ ਸਭ ਕਰਦੇ ਨੇ ਕਰਾਈ ਕਰਉਣੀ ਅਮੀ ਚਾਹੀਦੀ ਆ ਬੰਦੇ ਨੂੰ ਤੂੰ 24 ਘੰਟੇ ਤਾਂ ਉਹ ਨੂੰ ਕੁੜੀ ਨੂੰ ਉਡੋੜ ਪਈ ਜੰਨੀ ਐ ਐ ਤੇਰੀ ਸੇਵਾ ਕਿ ਤੂੰ ਮੈਂ ਉਹਨਾਂ ਨੂੰ ਕੁਝ ਉਹਨਾਂ ਦੇ ਕੰਮ ਦੇ ਵਿੱਚ ਮੈਂ ਡਿੱਕਾ ਨਹੀਂ ਲਾਉਂਦਾ ਲੈ ਮੈਂ ਤਾਂ ਆ ਬੈਠਾ ਮੈਨੂੰ ਮੱਜੇ ਦੇ ਬੈਠਣ ਸਾਰਾ ਕੁਝ ਮਿਲਦਾ ਐਵੇਂ 24 ਘੰਟੇ ਤਾੜ ਤੜਈ ਆ ਜਵਾਖਾਂ ਦੇ ਮਗਰ ਪੈਣਾ ਇਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਆ ਗਿਆ ਗੁਰੀ ਵੀ ਖੇਤੋਂ ਚਾਲੇ ਵੀ ਤੜਕੇ ਦਾ ਆ ਗਿਆ ਵਿਚਾਰਾ ਦੇਪਤ ਤੂੰ ਬਾਲਾ ਹੀ ਲੇਟ ਹੋ ਗਿਆ ਆ ਮਾਂ ਮੇਰੀ ਲੇਟ ਨਾ ਆਵਾ ਕੀ ਕਰਾਂ ਮੀਂਹ ਨੇ ਤਾਂ ਕਹਿਰ ਮਚਾਤਾ ਕਣਕਾਂ ਲੰਬੀਆਂ ਵਿਸ਼ੀਆਂ ਪਈਆਂ ਨੇ ਪਾਣੀਓ ਪਾਣੀ ਫਿਰਦਾ ਓ ਪੁੱਤ ਆਪਣਾ ਕਿੰਨਾ ਨੁਕਸਾਨ ਹੋ ਗਿਆ ਬਾਪੂ ਨੁਕਸਾਨ ਤਾਂ ਹੁਣ ਹੋਇਆ ਗਿਆ ਜਦੋਂ ਮੀਂਹ ਪਿਆ ਗਿਆ ਪੱਕੀ ਫਸਲ ਤੇ ਨੁਕਸਾਨ ਤਾਂ ਹੋਊਗੀ ਨੁਕਸਾਨ ਤਾਂ ਹੈ ਭਾਈ ਹੁਣ ਰੱਬ ਨੇ ਤਾਂ ਪਤਾ ਨਹੀਂ ਕੀ ਪੱਕਾ ਬੈਰ ਧਾਰ ਰੱਖੇ ਹਰ ਸਾਲ ਕਣਕ ਪੱਕਣ ਤੇ ਇਹਨੇ ਕਰਨੀ ਕਰਨਾ ਇਹ ਕੰਮ ਆਪਣੇ ਕਿਸਾਨਾਂ ਦਾ ਤਾਂ ਬੈਰੀ ਬਣ ਗਿਆ ਰੱਬ ਆਪਣੇ ਤਾਂ ਭਾਈ ਰੱਬ ਤਾਂ ਬੈਰੀ ਹੈਗੀ ਹੈਗਾ ਆਪਣੇ ਤਾਂ ਸਰਕਾਰ ਵੀ ਬੈਰੀ ਆ ਰੱਬ ਵੀ ਬੈਰੀ ਆ ਜੱਟ ਦੀ ਤਾਂ ਭਾਈ ਜੂਨੇ ਮਾੜੀ ਹੈ ਜੂਨ ਤਾਂ ਮਾੜੀ ਹੈ ਪੱਕੀ ਫਸਲ ਤੇ ਮੀਂਹ ਪੈਂਦੇ ਗੜੇ ਪੈਂਦੇ ਨੇ ਆ ਦੇਖ ਲੈ ਇੱਧਰ ਕੀ ਹੋਇਆ ਆਪਣੇ ਪੰਜਾਬ 'ਚ ਬੁਰਾ ਤਫਾਨੇ ਬਾਗਪੱਟ ਤੇ ਫਸਲਾਂ ਜਾੜਤੀਆਂ ਲੋਕ ਰੋਂਦੇ ਨੇ ਤੇ ਹੋਰ ਭਾਈ ਕਰਨ ਕੀ ਰੋਜੀ ਰੋਟੀ ਆਏ ਵੀਰ ਹੋਰ ਕਰਨ ਵੀ ਕੀ ਮੈਨੂੰ ਐਂ ਦੱਸ ਅੱਛਾ ਪੁੱਤ ਤੂੰ ਬਹੁਤੀ ਸੋਚਣਾ ਕਰ ਰੋਟੀ ਟੁਕ ਖਾਦਾ ਕਿ ਨਹੀਂ ਜਾਂ ਭੱਗ ਜਾ ਖਾ ਲੈ ਰੋਟੀ ਮਾਂਪੁਰ ਕੀ ਲੰਗਦੀ ਨਹੀਂ ਹੈਗੀ ਅੰਦਰ ਉਹ ਪੁੱਤ ਤੂੰ ਮੈਨੂੰ ਐਂ ਕਿ ਮੜਾ ਜਾ ਘਰੇ ਆਪਾਂ ਫੋਨ ਕਰ ਦਿੰਦਾ ਤੂੰ ਹੈ ਮੈਂ ਤੇਰੀ ਰੋਟੀ ਲੈ ਕੇ ਆਪ ਖੇਤ ਆ ਜਾਂਦਾ ਭਾਈ ਤੂੰ ਮੈਨੂੰ ਵੀ ਦੱਸ ਤਾਂ ਮੈਂ ਆ ਜਾਂਦਾ ਮਾੜਾ ਜਾ ਹੋਰ ਭੁੱਖਣ ਬਾਣਾ ਲੱਗਾ ਸੀ ਸਵੇਰ ਦਾ ਉਹ ਬੱਸ ਬਾਪੂ ਤੂੰ ਸਿਆਣਾ ਹੁਣ ਕਿੱਥੇ ਬੱਟਾਂ ਦੇ ੱਟਕੇ ਖਾਂਦਾ ਆਉਂਦਾ ਗਾਰੀ ਗਾਰਾ ਹੋ ਰਿਹਾ ਉਹ ਭਾਈ ਜਿਹੇ ਜਿਹੋ ਜੁਗ ਰਹੇ ਹੈਗੇ ਫਿਰ ਸਾਡਾ ਵੀ ਹੱਕ ਬਣਦਾ ਵੀ ਤੇਰੇ ਨਾਲ ਹੋ ਕਰੀਏ ਹੁਣ ਭਾਈ ਤੇਰਾ ਹੀ ਗੱਲੇ ਦਾ ਲਿਖਾ ਤਾਂ ਨਹੀਂ ਲੈਣਾ ਸੀ ਨੇ ਚਲ ਕੋਈ ਨਾ ਬਾਪੂ ਤੂੰ ਸੋਚ ਨਾ ਕਰ ਮੈਂ ਰੋਟੀ ਟੁੱਕ ਖਾ ਕੇ ਜਾਣਾ ਖੇਤ ਕਿਸੇ ਨੂੰ ਨਾਲ ਲੈ ਕੇ ਜਾਣਾ ਹੋਰ ਭਾਈ ਨਾਲ ਆਪਦਾ ਮੁੰਡਾ ਇੱਕ ਦੋ ਲਾਲ ਆ ਪੁੱਤ ਕੱਲਾ ਨਾ ਖਪੀ ਜਾਈ ਕਿਤੇ ਕੋਈ ਨਾ ਜਾਣਾ ਬਾਪੂ ਤੂੰ ਰੋ ਸੋਚ ਨਾ ਕਰ ਸੋਚ ਭਾਈ ਕਿਉਂ ਨਾ ਕਰੀਏ ਸੋਚ ਤਾਂ ਹੁੰਦੀ ਹੋਆ ਚਲੋ ਚੰਗੀ ਗੱਲ ਐ ਮੁੰਡੇ ਨੇ ਖੇਤ ਸਾਮ ਰੱਖਿਆ ਸਾਰਾ ਹੈ ਦੋਏ ਖੇਤਾਂ ਨੂੰ ਕੱਲਾ ਸਾਹਮਦਾ ਤੇ ਚਲੋ ਕੁੜੀ ਧੀ ਵੀ ਸਿਆਣੀ ਆਪਣੀ ਨੂੰ ਉਹਨੇ ਵਿਚਾਰੀ ਨੇ ਘਰ ਸਾਮ ਰੱਖਿਆ ਸਿਆਣੇ ਨੇ ਚਲ ਦੋਨੋਂ ਆਹੋ ਮੁੰਡਾ ਵੀ ਸਿਆਣਾ ਨੂੰ ਵੀ ਸਿਆਣੀ ਮੈਂ ਹੀ ਬੌਲੀ ਆ ਉਹ ਤੈਨੂੰ ਬੌਲੀ ਕੀਨੇ ਕਹਤਾ ਕਰਦੀ ਮਾਲਕਣਾ ਤੂੰ ਮਾਲਕਣਾ ਐਵੇਂ ਬੌਲੀ ਬੌਲੀ 24 ਘੰਟੇ ਸਾਰਾ ਦਿਨ ਜਵਾਖਾਂ ਨਾਲ ਲਾਈ ਰੱਖਦੀਆਂ ਆਢਾ ਹੋਰ ਦਾ ਕੰਮ ਨਹੀਂ ਤੈਨੂੰ ਕੋਈ ਜੇ ਉਹਨਾਂ ਨਾਲ ਬਣਾ ਕੇ ਰੱਖਿਆ ਉਹ ਤੈਨੂੰ ਕਿਉਂ ਕੁਝ ਕਹਿਣਾ ਆਹੋ ਮੈਂ ਹੀ ਆਡਾ ਲਾਉਣੀ ਆ ਮੇਰੇ ਸਿਰ ਸਾਰੇ ਭਾਂਡੇ ਭੰਨ ਦਿਆ ਕਰ ਤੂੰ ਹੋਰ ਕੀ ਕਰ ਮੈਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਹੈਗਾ ਮੈਂ ਜੇ ਕੁਝ ਬੋਲਦਾ ਨਹੀਂ ਤਾਂ ਮੈਨੂੰ ਕੋਈ ਕੁਝ ਕਹਿੰਦਾ ਨਹੀਂ ਤੂੰ ਤਾਂ ਬੋਲੀ ਜਾ ਆਹੋ ਹਟਦੀ ਨੇ ਉਹਨਾਂ ਨਾਲ ਫਾਨੇ ਲੈਣ ਨੂੰ 24 ਘੰਟੇ ਪੰਗੇ ਲੈਣੇ ਨੇ ਤੇਰਾ ਤਾਂ ਕੰਮ ਹੀ ਇਹ ਆ ਤੂੰ ਸਾਰੀ ਉਮਰ ਦੀ ਨਾ ਮੇਰੀ ਸੁਣੀ ਹੁਣ ਕੀ ਸੁਣਨੀ ਆ ਉਹ ਵੀ ਨੋ ਅਜੇ ਲੈ ਸੁਣੀ ਨਹੀਂ ਅੱਛਾ ਉਹੀ ਲੰਘ ਗਏ ਨੇ ਸਾਲ ਤਾਂ ਆ ਦੇਖ ਲੈ ਵੀਰਾ ਐਂ ਭੌਕਦਾ ਉਹ ਚਲ ਚਲ ਕੋਈ ਨਹੀਂ ਠੰਡੀ ਰਹਾ ਕਰ ਤੂੰ ਲੈ ਸਵਾ ਠੰਡੀ ਰਮਾ 30 ਸਾਲ ਹੋ ਗਏ ਇਸ ਘਰ ਚ ਪੱਟਦੀ ਨੂੰ ਮੈਂ ਅਥੇਲਾ ਨੂੰ ਉਹ ਨੂੰ ਕਦੋਂ ਦਾ ਕਿਹਾ ਬੇ ਲੱਸੀ ਲਿਆ ਦੇ ਹੁਣ ਤੱਕ ਨਹੀਂ ਫੜਾਈ ਕੁੜੇ ਬਹੂ ਆਈ ਕੁੜੇ ਲੱਸੀ ਦਾ ਬਣਾ ਦੇ ਤੈਨੂੰ ਅੰਦਰ ਚਾਟੀ ਨੇ ਫੜ ਲਿਆ ਪਪਾ ਗਵਨ ਮੈਂ ਮੜਿਆ ਜਾਇਆ ਨਾ ਬਾਜ਼ਾਰ ਤੱਕ ਕੰਮ ਆ ਮੈਨੂੰ ਮੜਾ ਜਾ 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 ਬਗ ਜਾ ਮੈਂ ਤੇ ਤੋ ਕੀ ਕਰਾਉਣਾ ਜੀ ਦਾ ਜਮ ਮੇਰੇ ਹੱਡਾਂ ਨੂੰ ਚੰਬੜ ਰੱਖਿਆ ਬੋਲ ਵਾਲੀ ਬੜੀ ਸਾਫ ਹੈ ਤੈਨੂੰ ਕਰਾ ਲਈ ਸੇਵਾ ਲੇ ਹਰਦਾ ਭੁੱਕਣ ਤੋਂ ਮੈਂ ਇਹੀ ਕੁਛ ਦੇਖ ਰਿਹਾ ਪਣੇ ਤੂੰ ਦੇਖ ਲੈ ਕਿਵੇਂ ਬੋਲਦਾ ਹੈ ਤੂੰ ਐਂ ਦੇਖ ਮੈਂ ਕੋਲ ਬੈਠਾ ਰਿਹਾ ਪਰੋਣੇ ਦੇ ਬਹੂ ਨੇ ਉਹਨੂੰ ਤਾਂ ਪੁੱਛ ਲਿਆ ਵੀ ਕਿਹੜੀ ਸਬਜ਼ੀ ਖਾਓਗੇ ਜੀ ਮੈਨੂੰ ਨਹੀਂ ਪੁੱਛਿਆ ਹੈ ਐਹੀ ਜੀ ਤੇਰੀ ਸੇਵਾ ਹੁੰਦੀ ਹੈ ਜਿਹੋ ਜਹੀ ਮੱਤ ਬਹੂ ਦੀ ਉਹੋ ਜਹੀ ਬਰਤ ਲੈਣੀ ਆ ਉਹਨੇ ਮੈਂ ਦੇਖ ਲਿਆ ਚੱਲਦੀ ਤੇਰੀ ਵੀ ਨਹੀਂ ਹੈਗੀ ਹਨਾ ਕੀ ਕਰਾਂ ਭਾਈ ਕੀ ਕਰਾਂ ਦੱਸ ਦੇ ਉਹ ਖੂਖਾ ਤਾਂ ਗੰਦਾ ਕਰ ਦਮਾ ਮਰ ਜਮਾ ਹੁਣ ਮੈਂ ਜੇ ਨਹੀਂ ਚੱਲਦੀ ਪਤਾ ਕੀ ਗੱਲ ਆ ਤੈਨੂੰ ਮੈਂ ਦੱਸਦਾ ਤੂੰ ਮੇਰੇ ਸਾਹਮਣੇ ਚੱਲ ਤੂੰ ਮੜਾ ਜਾਬ ਦਾ ਡੰਡਾ ਕਰੜਾ ਕਰ ਇਸ ਘਰ ਦੇ ਵਿੱਚ ਉਹ ਕਿਵੇਂ ਭਾਈ ਕਰਨਾ ਕੀ ਐ ਤੂੰ ਮੜਾ ਰੋਬ ਰੱਖੇ ਨਾ ਤੇ ਐ ਕਿਵੇਂ ਸੌਤ ਆਉ ਕੰਮ ਉਹ ਗੁਰੀ ਦੇਖ ਲੈ ਉਹ ਉਹਦੇ ਕਹਣੇ ਚ ਹੈ ਹੈ ਉਹ ਬਹੂ ਦੇਖ ਲੈ ਉਹ ਨਹੀਂ ਸਾਹ ਭਰਦੀ ਤੇਰੇ ਮੂਰੇ ਉਹਦੇ ਕਹਣੇ ਚ ਹੀ ਆ ਉਹੀ ਤਾਂ ਗੱਲ ਕਰਦਾ ਤੇਰੇ ਮੂਹਰੇ ਦੇਖ ਲਾ ਕਿਵੇਂ ਬੋਲਦੇ ਨੇ ਚਾਬਰ ਚਾਬਰ ਹੈ ਆ ਬੁੜਾ ਦੇਖ ਲਾ ਤੈ ਕਿਵੇਂ ਖਾਣ ਨੂੰ ਪੈਂਦਾ ਤੈਨੂੰ ਇੱਜ਼ਤ ਉੱਜ ਤਾਂ ਹੈ ਨਹੀਂ ਕਿ ਤੇਰੀ ਇਸ ਘਰ ਦੇ ਵਿੱਚ ਮੈਂ ਦੇਖ ਲਿਆ ਗੱਲ ਤਾਂ ਵੀਰਾ ਤੇਰੀ ਚੁੱਪ ਕਰ ਚੁੱਕਾ ਆਲਾ ਬੇਬੇ ਲੱਸੀ ਨਾ ਲੱਸੀ ਨੇ ਅੰਦਰ ਫੜ ਰੱਖੀ ਸੀ ਤੈਨੂੰ ਮਾਫ ਕਰੀ ਬੇਬੇ ਮੈਂ ਭੁੱਲ ਗਈ ਸੀ ਆਹੋ ਭਾਈ ਮੈਨੂੰ ਕਾਨੂੰ ਯਾਦ ਰੱਖਣਾ ਯਾਦ ਤਾਂ ਆਪਣੇ ਸਹੁਰੇ ਨੂੰ ਰੱਖਦੀ ਆ ਹੂੰ ਇਹਦੇ ਵਿੱਚ ਲੋਨ ਲਾਨ ਵੀ ਪਾਇਆ ਹੁਣ ਕਿ ਨਹੀਂ ਮੈਂ ਭੁੱਲ ਗਈ ਸੀ ਲਿਆ ਮੈਂ ਹੁਣ ਪਾ ਲਿਆਣੀ ਆ ਲੂਣ ਵੀ ਭੁੱਲ ਗਈ ਤੈਨੂੰ ਪਤਾ ਨਾ ਮੈਂ ਲੂਣ ਤੋਂ ਬਿਨਾਂ ਲੱਸੀ ਨਹੀਂ ਪੀਂਦੀ ਨਾਲੇ ਲੱਸੀ ਦਾ ਗਲਾਸ ਆਪਣੇ ਮਾਮੇ ਨੂੰ ਵੀ ਲਿਆ ਕੇ ਦੇ ਲਫੜ ਉਹ ਨਹੀਂ ਨਹੀਂ ਪੜੇ ਮੈਂ ਨਹੀਂ ਪੀਂਦਾ ਕੋਈ ਨਾ ਬਟੇ ਮੈਂ ਨਹੀਂ ਪੀਂਦਾ ਹੈਗਾ ਮੈਂ ਲਿਆਣੀ ਆ ਬਾਕੇ ਮੈਂ ਇੱਕ ਚੀਜ਼ ਹੋਰ ਦੇਖ ਲਈ ਤੂੰ ਐਂ ਦੇਖ ਲੈ ਪਰੋਣੇ ਨੂੰ ਤਾਂ ਦਦੂ ਚ ਪੱਤੀ ਪਾ ਕੇ ਦਿੰਦੇ ਨੇ ਹੈ ਤੈਨੂੰ ਲੱਸੀ ਚ ਨੂਨ ਵੀ ਨਹੀਂ ਪਾਇਆ ਉਹ ਪoi ਦੇਖ ਰਿਹਾ ਹੈ ਇਹ ਪਤਾ ਕਿਉਂ ਹੈ ਉਹਦੇ ਲਵੇ ਬਹਾਨ ਹੈ ਉਹਦੇ ਨੌ ਆ ਸਾਰਾ ਕੁਝ ਤਾਂ ਹੀ ਹੈ ਕੀ ਮਤਲਬ ਮਤਲਬ ਭੈਣੇ ਤੂੰ ਤਾਂ ਪੋਲੀ ਹੈ ਤੈਨੂੰ ਪਤਾ ਹੀ ਨਹੀਂ ਹੈ ਕੈਨਾਂ ਗੱਲਾਂ ਦਾ ਹੈ ਤੂੰ ਐਂ ਦੇਖ ਬਹੂ ਉਹਦੀ ਕਿੰਨੀ ਸੇਵਾ ਕਰਦੀ ਹੈ ਪਰ ਉਹਨੇ ਦੀ ਗੁਰੀਆ ਉਹ ਵੀ ਖੇਤ ਦਾ ਕੰਮ ਉਹ ਤੋਂ ਪੁੱਛੇ ਬਿਨਾਂ ਨਹੀਂ ਕਰਦਾ ਹਮ ਨਾਲੇ ਹੋਰ ਹੈ ਬਗਾਨਾ ਬਗਾਨਾ ਹੀ ਹੁੰਦਾ ਹੈ ਆਬ ਦਾਬ ਦਾ ਹੁੰਦਾ ਬਾਕੀ ਜੇ ਮੇ ਤੇਰੀ ਮਰਜ਼ੀ ਮੈਂ ਤਾਂ ਮੈਂ ਤਾਂ ਤੇਰੀ ਸੋਚ ਹੁੰਦੀ ਹੈ ਮੈਂ ਤਾਂ ਤਾਂ ਐ ਗੱਲਾਂ ਕਰਦਾ ਨਹੀਂ ਨਹੀਂ ਵੀਰਾ ਐਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਮੈਂ ਦੇਖ ਰਿਹਾ ਭੈਣੇ ਇਹੀ ਗੱਲ ਹੈ ਹੈ ਗੁਰੀ ਉਹਨਾ ਟਾਈਮ ਮਿੱਠਾ ਜਿੰਨਾ ਟਾਈਮ ਉਹਦੇ ਲਈ ਕੋਸਾਉਂਦਾ ਨਹੀਂ ਗੌਰ ਰੱਖੀ ਤੂੰ ਇਸ ਗੱਲ ਦੀ ਹਾਂ ਮੇਰੇ ਉਹ ਜਿਹੜੇ ਧੌਲੇ ਆਏ ਨੇ ਉਹੀ ਨਹੀਂ ਆਏ ਹੈਗੇ ਇਹ ਸਾਰਾ ਕੁਝ ਮੈਂ ਦੇਖਿਆ ਹੰਡਾਇਆ ਇਹ ਬਹੁਤ ਕਹਾਣੀਆਂ ਦੇਖੀਆਂ ਨੇ ਇਹੋ ਜੀਆਂ ਮੈਂ ਜ਼ਿੰਦਗੀ ਦੇ ਵਿੱਚ ਸਮਝਦੀ ਹੈ ਨਾ ਗੱਲ ਨੂੰ ਗਲਤਤਾ ਤੇਰੀ ਠੂਆ ਪਠਿਆਣੀ ਹੈ ਗਲਤਤਾ ਤੇਰੀ ਬਿਲਕੁਲ ਠੀਕ ਹੈ ਭਾਈ ਮੈਨੂੰ ਕੋ ਸੋਚਣਾ ਪੈਣਾ ਕਿਤੇ ਸਭ ਕੁਝ ਇਹਨਾ ਮੇਰੇ ਲੱਗੋ ਜਾਂਦਾ ਲੱਗੇ ਹੋ ਹੋ ਸਵਾਰ ਕੋਸ ਜਾਊਗਾ ਜਿਹੜੇ ਹਿਸਾਬ ਨਾਲ ਤੂੰ ਚੱਲਦੀ ਐ ਡੰਡਾ ਕਾਰੜਾ ਕਰ ਲੈ ਆਪਦਾ ਤੂੰ ਢਣਕਾਰ ਦੇ ਖੁੰਡਾ ਹੁਣ ਤਾਂ ਡੰਡਾ ਕਰੜਾ ਕਰਨਾ ਹੀ ਪਊ ਠੀਕ ਐ ਵੀਰਾ ਜਿਵੇਂ ਤੂੰ ਕਹਿਣਾ ਨਾ ਉਵੇਂ ਹੋਊਗਾ ਮੈਂ ਕਰਦੀ ਨਾ ਗੱਲਾਂ ਤੇ ਗੌਰ ਤੁਹਾ ਗਵਾਨ ਨੇ ਕੀ ਕਰਨ ਲੱਗ ਰਹੀ ਐ ਕਰਨਾ ਕੀ ਐ ਰੋਨੀ ਐ ਆਪਣੀ ਕਿਸਮਤ ਨੂੰ ਕਿਉਂ ਕੀ ਗੱਲੋਗੀ ਹੋਣਾ ਕੀ ਐ ਤੁਹਾਡੀ ਬੇਬੇ ਨੇ ਬਹੁਤ ਦੁਖੀ ਕਰ ਰੱਖਿਆ ਮੈਨੂੰ ਹੁਣ ਫੇਰ ਕਹਦਾ ਕੁਛ ਕਹਿਣਾ ਕੀ ਐ ਹਰ ਗੱਲ ਤੇ ਟੋਕਦੀ ਰਹਿੰਦੀ ਐ ਮੈਂ ਉਹ ਤਾਂ ਵਿਗਾੜਿਆ ਕੀ ਐ ਸਾਰੇ ਕੰਮ ਤਾਂ ਮੈਂ ਕਰਦੇ ਕਰਦੀ ਆ ਫਿਰ ਵੀ ਪਤਾ ਨਹੀਂ ਉਹਨੂੰ ਕਿਹੜਾ ਨੁਕਸ ਦਿਖਦਾ ਮੇਰੇ ਵਿੱਚ ਓਏ ਉਹਦਾ ਸੁਭਾਏ ਹੈ ਜੇ ਉਹ ਤਾਂ ਉਹ ਅਗਲੇ ਨੂੰ ਐ ਲੱਗਦੀ ਐ ਜਿਵੇਂ ਕੁੱਦ ਕੇ ਪੈਂਦੀ ਹੋਵੇ ਓ ਦੇਖੋ ਜੀ ਪਹਿਲਾਂ ਬੇਬੇ ਦਾ ਕੁਛ ਨਹੀਂ ਸੀ ਕਰਦੀ ਜਦੋਂ ਦਾ ਮਾਮਾ ਆਇਆ ਨਾ ਉਹਦਾ ਬਸ ਉਹ ਮੇਰੇ ਪਿੱਛੇ ਪਈ ਹੋਈ ਆ ਇਹ ਜਿਹੜਾ ਮਾਮਾ ਨਾ ਇਹ ਵੀ ਉਧਰ ਉਧਰ ਹੀ ਉਂਗਲਵਾਜੀ ਕਰਦਾ ਢਟਕਾਉਂਦਾ ਜੇ ਇਹ ਇਹਨਾਂ ਨਰਮ ਹੁੰਦਾ ਆਪਦੇ ਪਿੰਡੇ ਨਾ ਰਹਿੰਦਾ ਉਦੋਂ ਜਿਵੇਂ ਆਖਾਂ ਚ ਉਹ ਇਹ ਕੀ ਕਰਦਾ ਫਿਰਦਾ ਹੈ ਉਹ ਤਾਂ ਠੀਕ ਆ ਪਰ ਸਾਡੀ ਫੈਮਿਲੀ ਨੂੰ ਕਿਉਂ ਖਰਾਬ ਕਰ ਰਿਹਾ ਉਹ ਕੋਈ ਨਹੀਂ ਖਰਾਬ ਕਰ ਸਕਦਾ ਤੇ ਘਰ ਦਾ ਮੁਖੀ ਬਾਪੂ ਹੈ ਮੁਖੀ ਬਾਪੂ ਹੈ ਮਸ ਪਰ ਬੇਬੇ ਜਨੂ ਦਾ ਹੀ ਨਹੀਂ ਕੋਸਾ ਔਰ ਮੈਂ ਕਿਹੜਾ ਕਹਿ ਰਹੀ ਆ ਬਾਪੂ ਵਿਚਾਰਾ ਤਾਂ ਕੁਝ ਬੋਲਦਾ ਹੀ ਨਹੀਂ ਐ ਉਹ ਤਾਂ ਮੈਨੂੰ ਧੀਆ ਵਾਂਗੂ ਸਮਝਦਾ ਤੇ ਮੈਂ ਵੀ ਇੰਨਾ ਬਾਪੂਆ ਵਾਂਗੂ ਹੀ ਕਰਦੀ ਆ ਤੈਨੂੰ ਪਤਾ ਨਾਲੇ ਸਾਰੀ ਗੱਲ ਦਾ ਵੀ ਮੇਰੇ ਛੋਟੇ ਹੁੰਦੇ ਦੀ ਮੰਮੀ ਡੈਡੀ ਮਰ ਗਏ ਸੀ ਮੈਨੂੰ ਤਾਇਆ ਤਾਈ ਨਹੀਂ ਪਾਲਿਆ ਤਾਂ ਕਰਕੇ ਮੈਂ ਇਹਨਾਂ ਨੂੰ ਮੰਮੀ ਡੈਡੀ ਕਹਿਣਾ ਸਮਝ ਕੇ ਗੱਲਾਂ ਜੇ ਕਹਿ ਦੇਣਗੇ ਕੁਝ ਗੁੱਸਾ ਨਾ ਕਰਿਆ ਕਰ ਚੁੱਪ ਰਹਿ ਜਾ ਕਰ ਮੈਂ ਤਾਂ ਵੈਸੇ ਚੁੱਪ ਰਹਿਨੀ ਆ ਕੁਝ ਬੋਲਦੀ ਨਹੀਂ ਜਿੱਦਾਂ ਉਹ ਕਹਿੰਦੇ ਨੇ ਉਦਾਂ ਹੀ ਕਰਦੀ ਆ ਜਦੋਂ ਆਪਰੋਂ ਘਰ ਦਾ ਮੁਖੀ ਨੇ ਕੁਝ ਕਹਿੰਦਾ ਫਿਰ ਕੀ ਚੱਕਰ ਆ ਉਹੀ ਨਾ ਸੋਚ ਕਰਾ ਕਰ ਉਹੀ ਕਰੀ ਜਾਨੀਆ ਕਰ ਮੰਨ ਰੋਣੀਆਂ ਫਰਾਨਾ ਰੋਣੀਆਂ ਕੀ ਹੋ ਗਿਆ ਕੁਛ ਨਹੀਂ ਹੁੰਦਾ ਇਹਦਾ ਚਲ ਮੈਂ ਪਿੰਡੇ ਚ ਜਾਇਆ ਮਾਚਾ ਕਰ ਮੈਂ ਮੈਨੂੰ ਠੀਕ ਹੈ ਉਹ ਹੋ ਜਾ ਕੇ ਆ ਮਾ ਉਹ ਕੁਰੀ ਪੁੱਤ ਓਏ ਓ ਪੁੱਤ ਕੁਰੀ ਹਾਂ ਬਾਪੂ ਪੁਰਿਆ ਮੱਲੇ ਮੜਾ ਇੱਕ ਮਿੰਟ ਬੈਹਿ ਜਾ ਮੜਾ ਇੱਧਰ ਗੱਲ ਕਰਨੀ ਹੈ ਕੋਈ ਜ਼ਰੂਰੀ ਕੀ ਗੱਲ ਹੈ ਮੈਂ ਕੰਮ ਜਾ ਕੇ ਆਉਣਾ ਮੜਾ ਦੱਸ ਕੀ ਜਾਣਾ ਆਇਆ ਨਹੀਂ ਪੁੱਤ ਜ਼ਰੂਰੀ ਗੱਲ ਹੈ ਉਹ ਐਂ ਕਹਿੰਦੇ ਮੈਂ ਤਾਂ ਤੈਨੂੰ ਹਾਂ ਅੱਜ ਆਪਣੇ ਘਰੇ ਇੱਧਰ ਚੌਂਕੀ ਦਾ ਲਾਇਆ ਸੀਗਾ ਉਹ ਕਹਿੰਦਾ ਵੀ ਆਪਣੇ ਪਿੰਡ ਦੇ ਵਿੱਚ ਤਹਿਸੀਲਦਾਰ ਪਟਵਾਰੀ ਆਉਣਗੇ ਵੀ ਜੇ ਨੇ ਕਿਸੇ ਨੇ ਆਪਦੀ ਜ਼ਮੀਨ ਦਾ ਇੰਤਕਾਲ ਕਰਾਉਣਾ ਹੈ ਜਾਂ ਭਾਈ ਜ਼ਮੀਨ ਤਬਦੀਲ ਕਰਕੇ ਨਾਂ ਚੜਾਉਣੀ ਹੈ ਹਾਂ ਹੈ ਵੀ ਉਹ ਆਪਦੇ ਕੰਮ ਕਰਵਾ ਸਕਦੇ ਨੇ ਪਰ ਪਿੰਡ ਧਰ ਮਸ਼ਾਲਾ ਦੇ ਵਿੱਚ ਆਉਣਗੇ ਅਫਸਰ ਸਾਰੇ ਫਰਾਈ ਜਾਣਾ ਕੋ ਆਪਾਂ ਨੇ ਕੀ ਲੈਣਾ ਹੈ ਆਪਾਂ ਨੂੰ ਕੀ ਲੋੜਾ ਉਹਨਾਂ ਦਾ ਓਏ ਬੌਲੇ ਮੈਂ ਤੈਨੂੰ ਐਂ ਕਹਿੰਦਾ ਜੀ ਪੁੱਤਰਾ ਜਿਹੜੀ ਦੇਖ ਤੇਰੇ ਡੈਡੀ ਵਾਲੀ ਜ਼ਮੀਨ ਤੇਰੇ ਪਾਪੇ ਵਾਲੀ ਉਹ ਦੇਖ ਮੇਰੇ ਨਾਂ ਚੜ ਗਈ ਦੀਗੀ ਉਦੋਂ ਉਦੋਂ ਤੁਸੀਂ ਨਿਆਣੇ ਤੇਗੇ ਉਹ ਐਂ ਕਰਕੇ ਮੈਂ ਕਹਿੰਦੀ ਵੀ ਜਿਹੜੀ ਤੇਰ ਵਾਲਾ ਹਿੱਸਾ ਪਤਾ ਉਹ ਮੈਂ ਤੇਰੇ ਨਾਲ ਤਬਦੀਲ ਕਰਕੇ ਤੇਰੇ ਨਾਲ ਚੜਾ ਦਾਂ ਮੇਰੀ ਟੈਨਸ਼ਨ ਮੁੱਕੇ ਪੁੱਤ ਹੁਣ ਮੈਂ ਦੇਖ ਤੈਨੂੰ ਪਤਾ ਮੇਰੀ ਉਮਰ ਹੋ ਗਈ ਆ ਕੀ ਪਤਾ ਕਿਹੜੇ ਵੇਲੇ ਬਲਾਵਾ ਆ ਜੇ ਮੈਨੂੰ ਤਾਂ ਓ ਬਾਬੂ ਤੂੰ ਕਿਉਂ ਸੋਚ ਕਰਦਾ ਉਹਦੀ ਤੇਰੇ ਲਈ ਹੋਈ ਕਿ ਮੇਰੇ ਲਈ ਹੋਈ ਇੱਕੇ ਗੱਲ ਆ ਤਾਂ ਪੁੱਤ ਮੇਰੇ ਸਿਰ ਤੇ ਬਜਨ ਐ ਦੇਖ ਠੀਕ ਐ ਇਹ ਗੱਲ ਮੈਂ ਤੈਨੂੰ ਹਾਲੇ ਸਮਝ ਨਹੀਂ ਆਉਂਦੀ ਚਾਹੇ ਤੂੰ ਨਿਆਣਾ ਲਾਲਾ ਜਿਵੇਂ ਮਰਜੀ ਲਾਲਾ ਚਾਹੇ ਕੀ ਕਾਹਨ ਮੈਂ ਤਾਂ ਤੈਨੂੰ ਕਰਾਉਣੀ ਪਊ ਪੁੱਤਾ ਕੋਈ ਨਾ ਬਾਬੂ ਜੇ ਤੂੰ ਇਨੀ ਹੰਡ ਕਰਦਾ ਫਿਰ ਦੇਖ ਲੈਣਾ ਮੈਂ ਹੋਰ ਮੈਂ ਮ ਕਰਾਲ ਲੈਣਾ ਹਾਂ ਹਾਂ ਪੁੱਤ ਕਰਾਵਾਂਗੇ ਚੱਲ ਤੂੰ ਐ ਕਰ ਜਿਹੜਾ ਤੇਰਾ ਕੰਮ ਕਰਾ ਕੋਈ ਕਰ ਲਾ ਠੀਕ ਹੈ ਮੈਂ ਜਾ ਕੇ ਆਉਣਾ ਫਿਰ ਫਿਰ ਤੂੰ ਐ ਕਰੀ ਫਿਰ ਮੈਂ ਚੌਕੀਦਾਰ ਉਹਨਾਂ ਬਟਮਾਰੀ ਹੋਰਾਂ ਨਾਲ ਮੈਂ ਮਿਲੂੰਗਾ ਮੈਂ ਕੰਮ ਹੋਰ ਕਰੂੰਗਾ ਗੱਲ ਆਪਣੇ ਕਾਗਜ਼ ਪੱਤਰ ਤਿਆਰ ਕਰਾਉਣ ਦੀ ਚੱਲ ਕਰ ਲਈ ਮੈਂ ਤਾਂ ਕਹਣਾ ਹੁਣ ਵੀ ਤੈਨੂੰ ਕਹਣਾ ਵੀ ਛੱਡ ਪਰਾਂ ਓਏ ਪਤਾ ਨਹੀਂ ਪੁੱਤ ਕਿਤੇ ਮੈਂ ਕਾਗਜ਼ ਪੱਤਰ ਤਿਆਰ ਕਰਾ ਲਾਂ ਤੂੰ ਟਾਈਮ ਤੇ ਦੇ ਦੇ ਜਵਾਬ ਪੁੱਤ ਮੈਂ ਤੈਨੂੰ ਤਾਂ ਪਹਿਲਾਂ ਪੁੱਛਿਆ ਵੀ ਆਪਾਂ ਉਹ ਕਰਾਵਾਂਗੇ ਚੱਲ ਕੋਈ ਨਾ ਪੁੱਤ ਮੈਂ ਸੋਚ ਲਾਂ ਨਾ ਕੋਈ ਮੈਂ ਜਾ ਐ ਮੈਂ ਪਿੰਡ 'ਚ ਕੰਮ ਚੰਗਾ ਪਰ ਮੈਨੂੰ ਦੱਸ ਦੇ ਮੱ ਇਸ ਬਿਤੇਰੀ ਹਸੇਵਾ ਕਰਦੇ ਹਾਂ ਲੈ ਤੜਕਾ ਤਿਆਰ ਕਰਤਾ ਸਬਜ਼ੀ ਬਣਾਵੇ ਚਾਹੇ ਨਾ ਬਣਾਵੇ ਹੁਣ ਬੀਰਾ ਕੀ ਸੋਚੀ ਜਾਂਦਾ ਬੋਲਦਾ ਹੀ ਨਹੀਂ ਸੋਚ ਤਾਂ ਭੈਣੇ ਸੋਢੀ ਹੋਈ ਐ ਹੋਰ ਕਿਸੇ ਦੀ ਸੋਚ ਨਹੀਂ ਹੈਗੀ ਮੈਨੂੰ ਮੇਰੀ ਮੈਂ ਤੈਨੂੰ ਐ ਕਹਿਣਾ ਘਰ ਦੀ ਕਬੀਲਦਾਰੀ ਕਰਦੇ ਮੋਟੀ ਕੋਲੀ ਸੋਹਣੀ ਲੱਗਦੀ ਐ ਤੇ ਹੈ ਤਾਂ ਹੈ ਤੇਰੇ ਜੀਜੇ ਕੋਲ ਉਹੀ ਕਰਦਾ ਮੋਢੀ ਐ ਤੂੰ ਗੱਲ ਨਹੀਂ ਸਮਝਦੀ ਮੋਢੀ ਤਾਂ ਹੈਗਾ ਤੂੰ ਐ ਤਾਂ ਦੇਖ ਉਹ ਢੱਕਾ ਕਿੱਧਰ ਸਿਰਦਾ ਉਹ ਤਾਂ ਜਵਾਖਾਂ ਜਾਨੂੰ ਕਰਦਾ ਮੇਰ ਠੀਕ ਮਤਲਬ ਮੈਂ ਸਮਝੀ ਨਹੀਂ ਪੈਣੀ ਤੂੰ ਤਾਂ ਭੋਲੀ ਐ ਸਮਝਣਾ ਤਾਂ ਕੀ ਐ ਮੈਂ ਹੁਣ ਆਇਆ ਉਧਰੋਂ ਗੁਰੀ ਨਾਲ ਗੱਲ ਕਰ ਰਹਿ ਤੀਗਾ ਪੁਰਾਣਾ ਕਹਿੰਦਾ ਜਿਹੜੀ ਤੇਰੇ ਹਿੱਸੇ ਦੀ ਜ਼ਮੀਨ ਐ ਮੈਂ ਤੇਰੇ ਨੌਕਰਾਾ ਦਿੰਦਾ ਮੇਰੀ ਗੱਲ ਸੁਣ ਬਗਾਨਾ ਬਗਾਨਾ ਹੀ ਹੁੰਦਾ ਛੋਡੇ ਤਾਂ ਕੋਈ ਲਾਦ ਹੈ ਨਹੀਂ ਕੀ ਗੱਲ ਤੁਸੀਂ ਨੇ ਐਸੇ ਕਰਕੇ ਉਹਨੂੰ ਪਾਲਿਆ ਦੀਗਾ ਹੈ ਤਾਂ ਵੱਡਾ ਕਰਾਇ ਤੀ ਉਹਨੂੰ ਇਹ ਗੱਲ ਹੈ ਹਾਂ ਤਾਂ ਹੀ ਤਾਂ ਹੋ ਮਿੱਠਾ ਰਹਿੰਦਾ ਉਹਦੇ ਨਾਲ ਮੈਂ ਤੈਨੂੰ ਐ ਕਹਿਣਾ ਤੂੰ ਜਿਹੜੀ ਜਿਹੜੀ ਜ਼ਮੀਨ ਉਹ ਗੁਰੀ ਦੇ ਨਾਮ ਕਰਾਊਗਾ ਉਹ ਤੂੰ ਆਪਦੇ ਨਾਮ ਕਰਵਾ ਲੈ ਫੇਰ ਦੇਖੀ ਤੇਰੀ ਅਫਸਰਾ ਮੰਗੂ ਚੱਲਦੀ ਭੱਜੇ ਭੱਜੇ ਫਿਰਨਗੇ ਤੇਰੇ ਮਾਗਰ ਮੋਰੇ ਫੇਮਿਲੀ ਸੇਵਾ ਹੋਊਗੀ ਹੋਊਗੀ ਕਿਉਂ ਨਹੀਂ ਜੇ ਨਹੀਂ ਹੋਊਗੀ ਮਾਰੀ ਮੇਰੇ ਸੜ ਦੇ ਲੱਤ ਕੱਢਦੀ ਘਰੋਂ ਬਾਹਰ ਬਗਾਨਾ ਤਾਂ ਹੈਗਾ ਹੋਰ ਸੋਚਦੀ ਕੀ ਐ ਤੂੰ ਗਲਤਤਾ ਤੇਰੀ 110% ਸਹੀ ਹੈ ਮੈਨੂੰ ਤਾਂ ਸੋਡੀਓ ਸੋਚ ਮਾਰਦੀ ਹੈ ਮੈਨੂੰ ਤਾਂ ਆ ਮੈਂ ਮੇਰੀ ਭੈਣ ਔਖੀ ਹੁੰਦੀ ਹੈ ਤੇਰੀ ਤਾਂ ਕੋਈ ਜਾਤ ਨਹੀਂ ਪੁੱਛਦੇ ਸਾਰੀਆਂ ਸਲਾਹਾਂ ਉਹ ਆਪੇ ਕਰੀਆਂ ਹੁੰਦੇ ਨੇ ਕੀ ਗੱਲ ਤੈਨੂੰ ਪੁੱਛਣ ਦਾ ਹੱਕ ਨਹੀਂ ਵਰਦਾ ਤੀ ਉਹਨਾਂ ਦਾ ਹੈ ਬਣਦਾ ਤੀ ਫੇਰ ਆਖਰ ਨੂੰ ਕਰਦਾ ਫੈਸਲਾ ਇਹ ਵੀ ਤੂੰ ਉਹਨੂੰ ਮਨਾ ਜੇ ਤੈਨੂੰ ਮੰਨਦਾ ਜੇ ਤੇ ਤੂੰ ਨਹੀਂ ਮੰਨਦਾ ਤਾਂ ਉਹਨੂੰ ਮੈਂ ਮਨਾਉਣਾ ਬੀਰਾ ਤੂੰ ਤਾਂ ਮੇਰੀ ਅੱਖਾਂ ਹੀ ਖੋਲਦੀਆਂ ਕੋਈ ਨਹੀਂ ਮੈਂ ਕਰਦੀ ਗੱਲ ਤੂੰ ਗੱਲ ਕਰ ਲੈ ਜੀਤਾ ਤੈਥੋਂ ਬਣਦੀ ਹੋਈ ਤਾਂ ਠੀਕ ਹੈ ਨਹੀਂ ਉਹਨੂੰ ਮੈਂ ਕਰਦਾ ਸਿੱਧਾ ਮੈਂ ਕਰਦਾ ਉਹਦੇ ਨਾਲ ਗੱਲ ਪਰੋਣੇ ਨਾਲ ਕਾ ਰੱਬ ਨੇ ਮੌਸਮ ਖਰਾਬ ਕਰਖਿਆ ਓਹ ਹੋ ਹੇ ਤਾਂ ਕਰੇ ਭਗਵਾਨ ਨੇ ਕੁਲਦੀਪ ਕੋਲੇ ਪਾਣੀ ਦਾ ਗਲਾਸ ਲੈ ਕੇ ਇੱਕ ਲਿਆਉਣੀ ਆ ਆ ਜਾ ਏ ਆ ਲੈ ਫੜ ਪੀ ਲੈ ਪਾਣੀ ਤੇ ਗੱਲ ਸੁਣਾ ਗੱਲ ਕਰਨੀ ਮਾੜੇ ਤੇਰੇ ਨਾਲ ਕੋਈ ਜ਼ਰੂਰੀ ਬਹਿ ਜਾ 10 ਮਿੰਟ ਹਾਂ 10 ਕਿਹੜੀ ਕਰਨੀ ਆ ਗੱਲ ਦੱਸ ਦਾ ਉਹਦਾ ਗੱਲ ਆਈ ਧੀ ਆਪਣੇ ਪਿੰਡ ਪਟਵਾਰੀ ਤਹਿਸੀਲਦਾਰ ਆਉਣਗੇ ਧਰਮਸ਼ਾਲਾ ਚ ਫਿਰ ਉਹ ਜ਼ਮੀਨ ਜੀ ਦੀ ਗੱਲ ਤੀ ਵੀ ਉਹ ਜਿਹੜਾ ਗੁਰੀ ਦੇ ਨੌਕਰਾਂ ਦੇ ਉਹਦੀ ਗੁਰੀ ਦੇ ਨਾਂ ਕਿਹੜੀ ਜ਼ਮੀਨ ਗੁਰੀ ਦੇ ਨਾਂ ਕਰਾਉਣੀ ਆ ਉਹ ਜਿਹੜੀ ਉਹਦੇ ਹਿੱਸੇ ਦੀ ਜ਼ਮੀਨ ਆ ਉਹਦੇ ਨੌ ਕਰਾਉਣੀ ਆ ਕਿਉਂ ਕਰਾਉਣੀ ਆ ਕੀ ਗੱਲ ਕਰਾਉਣੀ ਕਿਉਂ ਨਹੀਂ ਉਹਦਾ ਹੱਕ ਆ ਭਾਈ ਉਹਦਾ ਕਰਾਉਣੀ ਪਊਗੀ ਲੈ ਦੱਸ ਪਾਲਤਾ ਪਣਾਤਾ ਲਖਾਤਾ ਵਿਆਹਤਾ ਹੈ ਹੁਣ ਜ਼ਮੀਨਾਂ ਦੀ ਬਾਕੀ ਆ ਮੈਨੇ ਹੁਣ ਤੁਮੈ ਦੱਸਾ ਕੌਣ ਨਹੀਂ ਪਾਲਦਾ ਹੈਗਾ ਆਪਦੇ ਜੁਆਕਾਂ ਨੂੰ ਹਰੇਕੀ ਪਾਲਦਾ ਵਿਆਹ ਵੀ ਕਰਦਾ ਸਾਰਾ ਕੁਝ ਹੀ ਕਰਦੇ ਨੇ ਆਪਾਂ ਕੋਈ ਲਾਇਆ ਕਰਤਾ ਆਪਦੇ ਜੁਆਕਾਂ ਨੂੰ ਸਰਦਾਰ ਜੀ ਆਪਦੇ ਜੁਆਕਾਂ ਨੂੰ ਬਗਾਨਿਆਂ ਨੂੰ ਨਹੀਂ ਤੂੰ ਗੁਰੀ ਨੂੰ ਬਗਾਨਾ ਕਹਿੰਦੀ ਹੈ ਬਗਾਨਾ ਹੋ ਤੇ ਹੋਰ ਕੀ ਆ ਲੈ ਮੇਰਾ ਆਪਦਾ ਖੂਨ ਆ ਮੇਰੇ ਭਾਈ ਦਾ ਮੁੰਡਾ ਹੈ ਮੈਨੂੰ ਬਗਾਨਾ ਕਿਵੇਂ ਕਹਿ ਦੂੰਗਾ ਤੂੰ ਤੀਜੇ ਥਾਂ ਮੈਨੂੰ ਬਗਾਨਾ ਕਹੀ ਜਾਂਦੀ ਤੈਨੂੰ ਤਾਂ ਲੱਗਣੀ ਦੀ ਬਗਾਨਾ ਸਾਰਾ ਦਿਨ ਤੂੰ ਤਾਂ ਮੈਨੂੰ ਲੱਗਦਾ ਤੇ ਭਾਈ ਦੀਆਂ ਗੱਲਾਂ ਚਾਹੀ ਜੰਨੀਆਂ ਉਹਦੇ ਸੁਣੀ ਜੰਨੀਆਂ ਜਿਵੇਂ ਉਹ ਕਹਿੰਦਾ ਕਰੀ ਜਾਂਦਾ ਨਾ ਭਾਈ ਮੇਰੇ ਹੱਥ ਖੜੇ ਆ ਮੈਨੂੰ ਨਹੀਂ ਲੋੜ ਕੋਈ ਵੀ ਜ਼ਮੀਨ ਉਹਦੇ ਨਾਂ ਕਰਾਉਣ ਦੀ ਕਾਸ ਦੀ ਜ਼ਮੀਨ ਉਹਦੇ ਨਾਂ ਕਰਵਾਈਏ ਕਿਉਂ ਜ਼ਮੀਨ ਕਰਾਈਏ ਕਿਉਂ ਨਾ ਜਿੱਦੋਂ ਦਾ ਹਿੱਸਾ ਹੈ ਉਹ ਤਾਂ ਕਰਵਾਉਣੀ ਪਊਗੀ ਉਹ ਤੁਸੀਂ ਕੀ ਕਰ ਲੋਗੇ ਅਸੀਂ ਪਹਿਲਾਂ ਤੋਂ ਛੋਟਾ ਹੁੰਦਾ ਮਰ ਗਿਆ ਸੀ ਉਹ ਆਪ ਤਾਂ ਮੈਂ ਉਹਨੂੰ ਪਾਲਿਆ ਪੜਾਇਆ ਲਿਖਾਇਆ ਹੁਣ ਜ਼ਮੀਨਾਂ ਦੇ ਵੀ ਯੱਦ ਦਵਾ ਮੈਂ ਕਿਉਂ ਦਵਾ ਬਾਈ ਮੈਂ ਨਹੀਂ ਦਿੰਦੀ ਥੋੜੀ ਤਾਂ ਮੱਤ ਹੀ ਇਹੀ ਜੀ ਐ ਉਹ ਤੇਰੇ ਭਾਈ ਨੇ ਕਰਖਿਆ ਦਿਮਾਗ ਤੇਰਾ ਖਰਾਬ ਤੁਸੀਂ ਕਾਹਨੂੰ ਤੁਹਾਡੇ ਨਾਲ ਰਾਇ ਕਰਨ ਦਾ ਕੀ ਫਾਇਦਾ ਹੈ ਉਹ ਹੋਰ ਪੁਰਾਣੇ ਹਾਂ ਠੀਕ ਐ ਠੀਕ ਐ ਭਾਈ ਚੱਲਿਆ ਉਹ ਮੈਂ ਕਹਿੰਦਾ ਤੀ ਉਹ ਜਿਹੜਾ ਆਪਣੇ ਪਿੰਡ ਵਾਲਾ ਕੈਲਾ ਨਹੀਂ ਤੀ ਆਪਣੇ ਗਵਾਂਢੀ ਹਾਂ ਹਾਂ ਉਹ ਮਰ ਗਿਆ ਹੈ ਕੈਲਾ ਮਰ ਗਿਆ ਆ ਪਰਸੋ ਤਾਂ ਸੁਨਾਮ ਹਸਪਤਾਲ ਸਰਕਾਰੀ ਚ ਮੈਨੂੰ ਟੱਕਰਿਆ ਉਹ ਹੈਗਾ ਤਾਂ ਉਹ ਚੰਗਾ ਭਲਾਈ ਤੀ ਮੈਂ ਤਾਂ ਐ ਸੁਣਿਆ ਕਹਿੰਦੇ ਉਹਦੇ ਨੂੰ ਤੇ ਪੁੱਤ ਨੇ ਉਹਦੀ ਦਾਲ ਚ ਜ਼ਹਿਰ ਪਾਤੀ ਜਿਹਰ ਬਾਤ ਦੀ ਨਾ ਨਾ ਇਹ ਗੱਲ ਨਹੀਂ ਹੋ ਸਕਦੀ ਵੀਰਾ ਉਹਦੇ ਨੌ ਪੁੱਤ ਤਾਂ ਉਹਦੀ ਬੁੜੀ ਸੇਵਾ ਕਰਦੇ ਸੀ ਉਹ ਸੇਵਾ ਤਾਂ ਪੈਣੇ ਉਨਾ ਚਿਰ ਕਰਦੇ ਸੀ ਜਿੰਨਾ ਚਿਰ ਉਹਦੇ ਕੋਲ ਜ਼ਮੀਨ ਸੀ ਜਦੋਂ ਉਹਨੇ ਆਪਣੀ ਨੂਹ ਪੁੱਤ ਨੂੰ ਕਰਾਤੀ ਬੱਸ ਫਿਰ ਉਹ ਤੂੰ ਰਹਿਣ ਦਿਆ ਕਰ ਯਾਰ ਐਵੇਂ ਕਿਉਂ ਅੱਗ ਤੇ ਫੂਸ ਪਾਈ ਜਾਂਦਾ ਤੂੰ ਉਦੋਂ ਨਹੀਂ ਟਿਕਦਾ ਹੈਗਾ ਯਾਰ ਲੈ ਲੈ ਕਿਵੇਂ ਬੋਲਦਾ ਮੇਰੇ ਭਾਈ ਨੂੰ ਜੇ ਮੇਰਾ ਭਾਈ ਉਰੇ 4 ਦਿਨ ਰਹਿਣ ਆ ਗਿਆ ਤਾਂ ਤੂੰ ਉਹਦੇ ਐ ਬੇਇੱਜ਼ਤੀ ਕਰੇਗਾ ਸਾਰੀ ਦੁਨੀਆ ਚਾਰੀ ਹੋਈ ਆ ਮੇਰੇ ਭਾਈ ਨੇ ਹਾਂ ਸਾਰੀ ਕਬੀਲਦਾਰੀ ਦੀ ਸਮਝ ਵਾ ਤੈਨੂੰ ਮਾੜੀ ਸਲਾਹ ਨਹੀਂ ਦਿੰਦਾ ਮੇਰਾ ਭਾਈ ਪਤਾ ਮੈਨੂੰ ਹਾਂ ਪਤਾ ਤੈਨੂੰ ਖੇ ਦੀ ਸੁਆ ਤਾਂ ਹੀ ਮੰਨਦਾ ਉਹਦਾ ਨਾਲੇ ਮੈਂ ਤਾਂ ਨਾਲੇ ਮੈਂ ਤਾਂ ਭਨੇ ਆਪਣੇ ਘਰ ਵਾਸਤੇ ਭੱਜਿਆ ਫਿਰਦਾ ਮੈਂ ਮੁੱਕੀ ਜਾ ਉਥੋਂ ਮੇਰੀ ਗੱਲ ਸੁਣ ਕਿਉਂ ਇਹਨੂੰ ਬਿੱਜੂ ਨੂੰ ਤੂੰ ਸਲਾਹ ਆ ਦਿੰਦਾ ਇਹਨੇ ਕਿਹੜਾ ਮੰਨਣੀ ਆ ਹੈ ਦਿਮਾਗ ਦਾ ਲੱਟਾ ਸੋਚ ਲੈ ਤੂੰ ਹਜੇ ਵੀ ਤੈਨੂੰ ਮੈਂ ਦੱਸਾਂ ਗੱਲ ਉਹ ਭਾਈ ਮੈਂ ਸੋਚ ਲੂੰਗਾ ਠੀਕ ਐ ਇੰਨਾ ਮੈਂ ਪਾਗਲ ਥੋੜੀ ਆ ਯਾਰ ਵੀ ਤੁਸੀਂ ਬਸ ਰਲ ਮਿਲ ਕੇ ਚਰਚਰ ਕਰੀ ਜਾਂਦੇ ਵੀ ਮੈਂ ਪਾਗਲ ਆ ਯਾਰ ਜੇ ਇਹਦਾ ਇੰਨਾ ਦਿਮਾਗ ਹੁੰਦਾ ਇੱਥੇ ਤੱਕ ਗੱਲਾਂ ਕਿਉਂ ਪੁੱਜਦੀਆਂ ਤੈਨੂੰ ਨਹੀਂ ਕੈਲੇ ਵਾਲੀ ਬਣ ਜੂ ਤੇਰੇ ਨਾਲ ਸੋਚ ਲੈ ਨਹੀਂ ਬਣਦੀ ਭਾਈ ਨਹੀਂ ਬਣਦੀ ਠੀਕ ਐ ਐਵੇਂ ਬਾਧੂ ਉਹਦਾ ਫਾਇਦਾ ਨਹੀਂ ਹੁੰਦਾ ਗੱਲਾਂ ਦਾ ਚਲ ਚੁੱਪ ਕਰ ਇੱਕ ਮਿੰਟ ਆ ਦੇਖ ਲੈ ਦੇਖ ਲੈ ਭੈਣ ਭਾਈਆਂ ਨੂੰ ਕੋਈ ਕਾਰਨ ਦਿੰਦੀ ਗੱਲ ਉਹਨੂੰ ਪਤਾ ਵੀ ਤਿੰਨੋਂ ਬੈਠੇ ਆ ਕੁਸਲਾਹ ਕਰਦੇ ਹੋਣੇ ਆ ਕਿਵੇਂ ਬਿੜਕਾਂ ਲੈਂਦੀ ਫਿਰਦੀ ਆ ਉਹਨੂੰ ਤੂੰ ਕਹਿੰਦਾ ਭਲੀ ਮਾਂਸਵਾ ਭਲੀ ਮਾਂਸ ਦੇਖ ਲੈ ਹਾਂ ਮੈਂ ਨਹੀਂ ਤੈਨੂੰ ਬੋਲਣ ਦਿੰਦੀ ਦਿੰਦੀ ਆ ਕਰਨ ਗੱਲ ਨਹੀਂ ਕਰਨ ਦੇਣੀ ਜਾ ਤੂੰ ਨਾਲ ਦੀ ਤੂਤੀ ਬੋਲਦਾ ਓਏ ਪਰੌਣਿਆ ਮੇਰੀ ਭੈਣ ਠੀਕ ਕਹਿੰਦੀ ਐ ਮੈਂ ਤੈਨੂੰ ਵਾਰ-ਵਾਰ ਕਹਿ ਰਿਹਾ ਯਾਰ ਉਹ ਕੁੜੀ ਹੂੰ ਕੰਮ ਲੰਗੀ ਉਰੋਂ ਦੀ ਲੈ ਉਹਦੇ ਬਾਦ ਪੈ ਗਈ ਯਾਰ ਇਹ ਦੇਖ ਦੇਖ ਢੱਕਾ ਸਿੱਟਦਾ ਦੇਖ ਕਿੰਨੀ ਤੇਜ ਆ ਛਪਕ ਲਈ ਜਈ ਨਾਲ ਤੂੰ ਦੇਖ ਢੱਕਾ ਸਿੱਟਦਾ ਹਾਂ ਮੰਨਦਾ ਕਿ ਤਾ ਇਹ ਗੱਲ ਨੂੰ ਓਏ ਜੇ ਇਹੀ ਗੱਲਾਂ ਤੂੰ ਦੀ ਭੈਣ ਨੂੰ ਸਮਝਾ ਦਿਆ ਕਰੇ ਇਹੀ ਗੱਲਾਂ ਉਹਨੂੰ ਸਮਝਾ ਦਿਆ ਕਰੋ ਉਹਦੇ ਖਾਣੇ ਚ ਪਾ ਮੇਰੇ ਦਾ ਤੂੰ ਲੱਗ ਗਿਆ ਖਾਣੇ ਚ ਪਾ ਉਹਦੇ ਪਾ ਦੇ ਕੋਈ ਗੱਲ ਖਾਣੇ ਚ ਓਜੇ ਤੈਨੂੰ ਸਮਝਾਉਨੇ ਤੂੰ ਕਿਹੜਾ ਸਮਝਦਾ ਹੈ ਭਾਈ ਮੈਂ ਸਮਝਿਆ ਹੋਇਆ ਮੈਨੂੰ ਸਾਰਾ ਹੀ ਪਤਾ ਹੈ ਵੀ ਕੀ ਗੱਲ ਕਰਨੀ ਆ ਕੀ ਨਹੀਂ ਕਰਨੀ ਪਰ ਫੇਰ ਵੀ ਸੋਚ ਸਮਝ ਕੇ ਫੈਸਲਾ ਲਈ ਜਿਹੜਾ ਲੈਣਾ ਆਪਾਂ ਤੈਨੂੰ ਦੱਸਤਾ ਮਗਰ ਨਾ ਲੱਗੀ ਨੇ ਇਕੱਲੇ ਆਲੀ ਹੋਊਂਗੀ ਓਏ ਨਹੀਂ ਲੱਗਦਾ ਮਗਰ ਮੈਂ ਤਾਂ ਪੰਗਾ ਲੈ ਲੈ ਜਿਹੜਾ ਤੇਰੀ ਰਾਇ ਲੈ ਲਈ ਜੇ ਤਿੱਥੋਂ ਨਾ ਰਾਇ ਲੈਂਦਾ ਤੂੰ ਫੇਰ ਵੀ ਟੱਪਣਾ ਤੀ ਵੀ ਮੈਨੂੰ ਬਿਨਾ ਪੁੱਛੇ ਕਰਾਤਾ ਪੁੱਛ ਲਿਆ ਤਾਂ ਤਾਂ ਤਹਾਂ ਚੱਲਣੀ ਆ ਨਾ ਤੂੰ ਬਿਨਾ ਪੁੱਛੇ ਕਰਾ ਕੇ ਦੇਖ ਫੇਰ ਤੈਨੂੰ ਮੈਂ ਦਿਨੇ ਤਾਰੇ ਦਿਖਾਉਂ ਨੇ ਨળે ਰਾਇ ਕਿਵੇਂ ਨਹੀਂ ਲਊਗਾ ਇਸ ਘਰ ਦੀ ਮਾਲਕਣਾ ਹੋ ਪਾਈ ਫਿਰ ਜੇ ਮਾਲਕਣਾ ਬਣ ਕੇ ਰਹੇ ਮਾਲਕਣਾ ਬੰਦੇ ਨਾ ਮੈਂ ਤਾਂ ਨਿਕਲ ਕੇ ਨਹੀਂ ਆਈ ਸੇਰਿਆਂ ਨਾ 300 ਬੰਦਾ ਵੇਣ ਗਿਆ ਸੀ ਹਾਂ ਨੰਬਰਦਾਰਾਂ ਦੀ 3 ਵਜਦੀਆਂ ਉਹ ਵੱਜਦੀਆਂ ਫਿਰ ਮੈਂ ਤੈਨੂੰ ਕਦੇ ਕੁਝ ਕਹਿਦਾ ਤੂੰ ਤਾਂ ਹਰ ਟਾਈਮ ਪੱਗੇ ਲੈਣ ਨੂੰ ਤਿਆਰ ਰਹਿੰਦਾ ਹਾਂ ਮੇਰੇ ਨਾਲ ਅੱਜ ਹੁੰਦਾ ਮੇਰਾ ਪਿਓ ਜੀ ਦਾ ਚਲੋ ਕੋਈ ਮੇਰੇ ਭਾਈ ਦੀ ਬੇਇੱਜ਼ਤੀ ਕਰਦਾ ਮੇਰਾ ਪਿਓ ਜੀ ਦਾ ਹੁੰਦਾ ਨਾ ਤੇਰੇ ਹਲਕ ਚ ਡੰਡਾ ਦਿੰਦਾ ਚਲ ਕੋਈ ਨਾ ਪਹਣੇ ਬੱਸ ਕਰ ਆਈ ਬੇਇੱਜ਼ਤੀ ਕਰ ਰੌਣਿਆ ਮੇਰੀ ਗੱਲ ਸੁਣ ਠੰਡੇ ਦਿਮਾਗ ਨਾਲ ਸੋਚ ਹੈ ਉਹ ਜਮੀਨ ਭੈਣ ਦੇ ਨੌਕਰਾਂ ਦੇ ਅੱਛਾ ਹਾਂ ਤੇਰੀ ਨਕਰਾਂ ਦਾ ਮਹਾਮਾਏ ਉਹ ਨਹੀਂ ਨਹੀਂ ਮੇਰੇ ਨੌਕਾ ਨੂੰ ਕਰਾਉਣੀ ਹੈ ਤੂੰ ਭੈਣ ਦੇ ਨਾ ਮੈਂ ਤੇਰੇ ਨੋ ਹੀ ਕਰਾ ਦੇਣਾ ਉਹਦੇ ਨਾਮ ਕਾ ਨੂੰ ਕਰਾਉਣੀ ਹੈ ਤੁਸੀਂ ਬਾਈ ਮੰਨਣੀ ਤਾਂ ਹੁੰਦੀ ਨਹੀਂ ਮੈਂ ਤਾਂ ਜਾਣਾ ਕਿਉਂ ਤੂੰ ਆਪਣਾ ਵੀ ਦਿਮਾਗ ਖੋਰੀ ਕਰੀ ਜਾਣਾ ਇਹਨੇ ਕਿਹੜਾ ਮੰਨਣੀ ਆ ਕਿਸੇ ਤਨ ਜਰਦੀ ਆਪੇ ਦੇਖ ਲਊ ਮੈਂ ਆ ਕੇ ਦੇਖ ਹੋਰ ਦੇਖਣਾ ਤੂੰ ਸੱਤਾ ਚੁੱਲਿਆਂ ਦੀ ਸਵਾ ਜਦੋਂ ਲਟਪਟ ਕੇ ਬਹਿ ਗਿਆ ਨਾ ਫੇਰ ਠੂਠਾ ਲੈ ਕੇ ਬਹਿ ਜੀ ਸੜਕ 'ਚ ਠੂਠਾ ਲੈ ਕੇ